ਭੂਨਾਟ। ਸੋ ਜੀ ਸਾਰਿਆਂ ਨੂੰ ਗੌਰਵ ਅਨਮੋਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਔਰ ਇਸ ਚੈਨਲ ਗੌਰਵ ਅਨਮੋਲ ਮਿਊਜ਼ਿਕ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਰ ਅੱਜ ਅਸੀਂ ਟਿਊਟੋਰੀਅਲ ਪਾ ਰਹੇ ਹਾਂ ਜੀ, ਦੇ ਸ਼ਿਵਾ ਵਰ ਮੋਹੇ ਇਹ, ਜਿਹੜਾ ਕਿ ਰਾਈਸ ਆਫ ਬੰਦਾ ਸਿੰਘ ਬਹਾਦੁਰ ਮੂਵੀ ਦਾ ਟਾਈਟਲ ਟਰੈਕ ਹੈ, ਉਹਦਾ ਟਿਊਟੋਰੀਅਲ ਅਪਲੋਡ ਕਰ ਰਹੇ ਹਾਂ। ਸੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਇਹਦਾ ਰਾਗ ਸਕੇਲ ਔਰ ਇਹਦੀ ਜਿਹੜੀ ਤਾਲ ਹੈ ਉਹ ਦੱਸਦੇ ਹਾਂ ਕਿਹੜੀ ਹੈ, ਫਿਰ ਆਪਾਂ ਸਟਾਰਟ ਕਰਦੇ ਹਾਂ। ਸੋ ਜਿਹੜਾ ਇਹਦਾ ਰਾਗ ਹੈ ਉਹ ਹੈ ਜੀ ਪਹਾੜੀ, ਔਰ ਜਿਹੜਾ ਇਹਦਾ ਸਕੇਲ ਹੈ ਉਹ ਹੈ ਬੀ 5.5 ਜਿਹਨੂੰ ਆਪਾਂ ਕਹਿੰਦੇ ਹਾਂ, ਔਰ ਬੀ ਮੇਜਰ ਕੋਡ ਹੈ, ਔਰ ਜਿਹੜੀ ਇਹਦੀ ਤਾਲ ਹੈ ਉਹ ਵੈਸਟਰਨ ਤਾਲ 'ਤੇ ਇਹਨਾਂ ਨੇ ਗਾਇਆ ਹੈ ਮਾਰਚ 'ਤੇ, ਜਿਹੜਾ ਕਿ ਵੈਸਟਰਨ ਤਾਲ ਦਾ ਨਾਮ ਹੈ ਮਾਰਚ, ਉਹਦੇ 'ਤੇ ਗਾਇਆ ਹੈ। ਪਰ ਇਸ ਨੂੰ ਆਪਾਂ ਕੈਰਵੇ 'ਤੇ ਵੀ ਗਾ ਸਕਦੇ ਹਾਂ, ਤਬਲੇ 'ਤੇ ਜਾਂ ਢੋਲਕ 'ਤੇ ਈਜ਼ੀਲੀ ਪਲੇ ਹੋ ਜਾਏਗਾ, ਕੋਈ ਪ੍ਰੋਬਲਮ ਨਹੀਂ ਆਏਗੀ। ਕੈਰਵਾ ਜਿਹੜਾ ਹੈ ਉਹ ਵੈਸਟਰਨ ਹੋਣਾ ਚਾਹੀਦਾ, ਵੈਸਟਰਨ ਕੈਰਵੇ 'ਚ ਇਸ ਨੂੰ ਈਜ਼ੀਲੀ ਆਪਾਂ ਪਲੇ ਕਰ ਸਕਦੇ ਹਾਂ। ਸੋ ਆਪਾਂ ਸਟਾਰਟ ਕਰਦੇ ਹਾਂ, ਸਭ ਤੋਂ ਪਹਿਲਾਂ ਇਹਦਾ ਜਿਹੜਾ ਫਸਟ ਪਾਰਟ ਹੈ ਉਹ ਕਰੀਏ, ਉਸ ਤੋਂ ਬਾਅਦ ਨੈਕਸਟ ਹੌਲੀ ਹੌਲੀ ਕਰਕੇ ਇੱਕ ਇੱਕ ਲਾਈਨ ਸਟੈਪ ਬਾਏ ਸਟੈਪ ਚੱਲਾਂਗੇ। ਸੋ ਧਿਆਨ ਨਾਲ ਦੇਖਣਾ ਤਾਂ ਕਿ ਕਿਤੇ ਵੀ ਮਿਸਟੇਕ ਨਾ ਹੋਵੇ ਔਰ ਅੱਛੀ ਤਰ੍ਹਾਂ ਤੁਸੀਂ ਸਿੱਖ ਲਓ। ਸੋ ਸਟਾਰਟ ਕਰਦੇ ਹਾਂ ਆਪਾਂ, ਸਭ ਤੋਂ ਪਹਿਲਾਂ ਇਹਦੀ ਫਸਟ ਲਾਈਨ ਦੇਖੋ ਕਿੱਦਾਂ ਪਲੇ ਹੋਣੀ ਹੈ। ਦੇਹ ਸ਼ਿਵਾ ਵਰ ਮੋਹਿ, ਦੇਹ ਸ਼ਿਵਾ ਵਰ ਮੋਹਿ, ਵਨ ਫਿੰਗਰ ਨਾਲ, ਦੇਹ ਸ਼ਿਵਾ ਵਰ ਮੋਹਿ, ਦੇਹ ਸ਼ਿਵਾ ਵਰ ਮੋਹਿ। ਨੈਕਸਟ ਟਾਈਮ ਸ਼ੁਭ ਕਰ ਮਨ ਤੇ ਕਬ ਹੋਣਾ ਡਰਾ, ਸ਼ੁਭ ਕਰ ਮਨ ਤੇ ਕਬ ਹੋਣਾ ਡਰਾ, ਮਨ ਫਿੰਗਰ ਨਾਲ, ਸ਼ੁਭ ਕਰ ਮਨ ਤੇ ਕਬ ਹੋਣਾ ਡਰਾ, ਸ਼ੁਭ ਕਰ ਮਨ ਤੇ ਕਬ ਹੋਣਾ ਡਰਾ। ਨੈਕਸਟ ਟਾਈਮ ਦੇਖੋ ਬਾਅਦ ਉੱਪਰਲੇ ਸਭ ਤੱਕ ਤੇ ਆ ਜਾਣਾ, ਸੇਮ ਉਹੀ ਚੀਜ਼ ਵਜਣੀ ਹੈ। ਦੇਹ ਸ਼ਿਵਾ ਵਰ ਮੋਹਿ, ਸ਼ੁਭ ਕਰ ਮਨ ਤੇ ਕਬ ਹੋਣਾ ਡਰਾ, ਦੇਹ ਸ਼ਿਵਾ ਵਰ ਮੋਹਿ, ਸ਼ੁਭ ਕਰ ਮਨ ਤੇ ਕਬ ਹੋਣਾ ਡਰਾ। ਨੈਕਸਟ ਲਾਈਨ ਸੇਮ ਜਿਹੜਾ ਨੀਚੇ ਦੱਸਿਆ ਉਹੀ ਸੇਮ ਉੱਪਰ ਹੈ। ਨੈਕਸਟ ਲਾਈਨ ਨਿਸ਼ਚੈ ਕਰੇ ਆਪਣੀ
दोबारा फिर रिपीट है। दे है शिवा और मोए है शुभ कर मन ते कब न डरो। और उस तो बाद जेड़ा एदा नेक्स्ट पार्ट आंदा है, नेक्स्ट लाइन्स आंदी हैं, वो देखो कि दबले होनी है। ऊपर गया उन्होंने, ऊपरले सब तक थे, ऊपरले ऑक्टेव ते गया। हर सिख हो अपने ही मन को, वन फिंगर नाल, हर सिख हो अपने ही मन को, हर सिख हो अपने ही मन को। नेक्स्ट टाइम दोबारा फिर रिपीट। देह शिवा पर मोहे है शुभ कर मन ते कब हूँ न डरो, न डरो अरि सो जब जाए लड़ो, निश्चय करे अपनी जीत करो। ये तुहानू पहला दस चुका वा, नेक्स्ट लाइन ते आने आपां। नेक्स्ट लाइन देखो किताब ले आनी है। ਇਹਦਾ ਨੈਕਸਟ ਪਾਰਟ ਹੈ ਲਾਈਨ ਦਾ। ਜਬ ਆਵਤੀ ਅਰਦਨ ਦਾਨ ਬਨੇ, ਇਹ ਸੇਮ ਹੀ ਹੈ, ਦੋ ਪਾਰਟ ਚ ਵੰਡਿਆ ਹੈ ਇਹਨਾਂ ਨੇ। ਜਬ ਆਵਤੀ ਅਰਦਨ ਦਾਨ ਬਨੇ, ਨੈਕਸਟ ਲਾਈਨ नेक्स्ट टाइम सेम ही आ गई। देह शिवा पर मोए है शुभ कर मन ते कब हूँ न डरो। सो इत्थे जिहड़ा इहदा फुल इहदे जिहड़े ट्यूटोरियल है कंप्लीट हुंदा है। यदि अच्छी तरह प्रैक्टिस करोगे ईजीली प्ले हो जाएगा, बहुत डिफिकल्ट नहीं है, बहुत ही ईजी है। और अच्छी तरह यदि वीडियो देखोगे अच्छी तरह क्लीयर हुंदा जाएगा स्टेप बाय स्टेप। सो ईजीली तुसी प्ले कर लोगे, अच्छी तरह इनू प्ले करो, अच्छी तरह नाल गाओ। ऑल द बेस्ट। तो इदा के ट्यूटोरियल्स देखते रहने लिए इस चैनल गौरव अनमोल म्यूजिक नू जरूर सबसक्राइब कर लियो। और सबसक्राइब करने तो बाद बैल आइकन नू प्रेस करना ना भुल्यो जी नोटिफिकेशंस लई, ताकि जदों भी असीं न्यू वीडियो अपलोड करते हैं जी नाल दे नाल तुहानू नोटिफिकेशंस रिसीव हुंदे रहन और तुसी सीखते रहो। सो जी नैक्सट ट्यूटोरियल लैके जी बहुत जल्दी हाजिर होवांगे। थैंक यू सो मच।